ਸਤ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਕਪੂਰਾ ਅੱਜ 26 ਜੂਨ ਦਿਨ ਬੁੱਧਵਾਰ ਸਵੇਰ ਦੇ ਕਰੀਬ 7:15 ਵਜੇ ਮਿਊਂਸਪਲ ਪਾਰਕ ਕੋਟਕਪੂਰਾ 'ਚ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੀ ਪਰੰਪਰਾ ਅਨੁਸਾਰ ਘਰ ਦੇ ਵਿੱਚ ਕਿਸੇ ਵੀ ਖੁਸ਼ੀ ਦੇ ਮੌਕੇ ਕੋਈ ਨਾ ਕੋਈ ਸੱਜਣ ਕਿਸੇ ਨਾ ਕਿਸੇ ਪ੍ਰਕਾਰ ਦਾ ਖਾਦ ਪਦਾਰਥ ਜਿਵੇਂ ਕਿ ਮਿਠਾਈਆਂ ਨਮਕੀਨ ਜਾਂ ਕੁਝ ਨਾ ਕੁਝ ਲੈ ਕੇ ਆਉਂਦਾ ਅੱਜ ਤੁਹਾਨੂੰ ਦੱਸਦੇ ਹਾਂ ਗੁੱਡ ਮਾਰਨਿੰਗ ਕਲੱਬ ਦਾ ਕਿਹੜਾ ਅਹੁਦੇਦਾਰ ਮੈਂਬਰ ਜਾਂ ਸੱਜਣ ਇੱਕ ਖੁਸ਼ੀ ਸਾਂਝੀ ਕਰਨ ਲਈ ਆਇਆ ਉਹਨੇ ਸਾਡੇ ਉੱਘੇ ਸਮਾਜ ਸੇਵੀ ਸੇਵਾ ਮੁਕਤ ਮੁੱਖ ਅਧਿਆਪਕ ਮਾਸਟਰ ਕੌਸ਼ਲ ਪ੍ਰਕਾਸ਼ ਬਾਂਸਲ ਜੀ ਉਹਨਾਂ ਦੀ ਅੱਜ 39ਵੀਂ ਮੈਰਿਜ ਐਨਵਰਸਰੀ ਹੈ ਇਸ ਮੈਰਿਜ ਐਨਵਰਸਰੀ ਮੌਕੇ ਉਹ ਮਿਠਾਈਆਂ ਨਮਕੀਨ ਅਤੇ ਹੋਰ ਬੜਾ ਕੁਝ ਲੈ ਕੇ ਆਏ ਨੇ ਮੈਂ ਬੇਨਤੀ ਕਰੂੰਗਾ ਮਾਸਟਰ ਸੋਮਨਾਥ ਜੀ ਨੂੰ ਅਤੇ ਪ੍ਰਿੰਸੀਪਲ ਮੁਖਤਿਆਰ ਸਿੰਘ ਮੱਤਾ ਜੀ ਨੂੰ ਉਹ ਮੂੰਹ ਮਿੱਠਾ ਕਰਾਉਣਗੇ ਲਓ ਜੀ ਤਾੜੀ ਮਾਰ ਦਿਓ ਸਾਰੇ ਇਹ ਲਓ ਜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਸੇਵਾ ਮੁਕਤ ਮੁੱਖ ਅਧਿਆਪਕ ਕੌਸ਼ਲ ਪ੍ਰਕਾਸ਼ ਬਾਂਸਲ ਜੀ ਦੇ ਸਮੁੱਚੇ ਪਰਿਵਾਰ ਦੇ ਚੰਗੇਰੇ ਭਵਿੱਖ ਦੀਆਂ ਸਦਾ ਤੰਦਰੁਸਤੀ ਦੀਆਂ ਸ਼ੁਭਕਾਮਨਾਵਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੁਣ ਆਪਾਂ ਸਾਹਿਤਕ ਮਹਿਫਲ ਵਾਲੇ ਪਾਸੇ ਵੱਧਦੇ ਹਾਂ ਸਾਈਕਲ ਸਾਹਿਤਕ ਮਹਿਫਲ ਮੌਕੇ ਫਿਰ ਦੁਬਾਰਾ ਬੇਨਤੀ ਕਿ 10 ਸਕਿੰਟ ਤੋਂ ਵੱਧ ਕੋਈ ਨਾ ਵੀਰ ਆਪਣਾ ਸੱਜਣ ਯੋਗਦਾਨ ਪਾਵੇ ਲਓ ਜੀ ਆਪਾਂ ਆਪਣਾ ਡਾਕਟਰ ਆਰਸੀ ਗਰਗ ਜੀ ਤੋਂ ਸ਼ੁਰੂ ਕਰੀਏ ਗਰਗ ਸਾਹਿਬ ਕੀ ਲੈ ਕੇ ਆਏ ਹੋ ਤੁਸੀਂ ਸਾਰੇ ਜਾਣਦੇ ਹੋ ਸ਼ਹੀਦ ਭਗਤ ਸਿੰਘ ਨਾਸਤਿਕ ਸੀ ਉਹਨਾਂ ਨੇ ਕਿਤਾਬ ਲਿਖੀ ਹੈ ਮੈਂ ਨਾਸਤਿਕ ਕਿਉਂ ਹਾਂ ਕਿਤਾਬ ਤਾਂ ਲੰਬੀ ਹੈ ਲੇਕਿਨ ਉਹਦੇ ਵਿੱਚ ਇੱਕ ਲਫ਼ਜ਼ ਉਹਨਾਂ ਨੇ ਲਿਖਿਆ ਹੈਗਾ ਕਿ ਇਹ ਜਿਹੜੀ ਆਜ਼ਾਦੀ ਹੈ ਇਹ ਤਾਂ ਆਪਾਂ ਮਿਲ ਹੀ ਜਾਣੀ ਹੈਗੀ ਹੈ ਅਸਲ ਆਜ਼ਾਦੀ ਉਹ ਹੈ ਜਿਹੜੇ ਕਿ ਆਪਾਂ ਸਵਾਰਥ ਨੂੰ ਛੱਡ ਕੇ ਪੁਰਪਕਾਰ ਦੀ ਦੁਨੀਆਂ ਜਾਵਾਂਗੇ ਅਸਲ ਵਾਹ ਜੀ ਵਾਹ ਬਿਲਕੁਲ ਸਹੀ ਬਿਲਕੁਲ ਸਹੀ ਬੱਬੂ ਜੀ ਮਤਲਬ ਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਹੀ ਤਾਂ ਮਤਲਬ ਨਿਕਲਦੇ ਹੀ ਰਿਸ਼ਤੇ ਹਲਕੇ ਹੋ ਜਾਂਦੇ ਹਨ ਵਾਹ ਜੀ ਵਾਹ ਵਾਹ ਜੀ ਵਾਹ ਸੁਰਿੰਦਰ ਜੀ ਜਿਹੜੀ ਔਲਾਦ ਆਪਣੇ ਪਿਤਾ ਦੀ ਗੱਲ ਨਾ ਮੰਨ ਕੇ ਮਾਂ ਦੀ ਗੱਲ ਜ਼ਿਆਦਾ ਮੰਨਦੀ ਹੈ ਉਹ ਕਦੇ ਵੀ ਸੁਖੀ ਨਹੀਂ ਰਹਿੰਦੀ ਕਿਉਂਕਿ ਮਾਂ ਨੂੰ ਕੇਵਲ ਗ੍ਰਸਤੀ ਦਾ ਤਜਰਬਾ ਹੁੰਦਾ ਹੈ ਜਦੋਂ ਕਿ ਪਿਤਾ ਨੂੰ ਦੁਨੀਆਦਾਰੀ ਦਾ ਤਜਰਬਾ ਹੁੰਦਾ ਵਾਹ ਜੀ ਵਾਹ ਵਾਹ ਜੀ ਵਾਹ ਵਿਜੇ ਕੁਮਾਰ ਜੀ ਰਾਜਾ ਜੀ ਨੰਬਰਦਾਰ ਜੀ ਡਾਕਟਰ ਦੇਵਰਾਜ ਮੋਗੇ ਵਾਲੇ ਮੈਂ ਤੁਹਾਡੇ ਚੁਟਕਲਾ ਸੁਣ ਜਾ ਰਿਹਾ ਇੱਕ ਵਾਰੀ ਇੱਕ ਆਦਮੀ ਆਪਣੀ ਵਾਈਫ ਨੂੰ ਕਹਿੰਦਾ ਆਪਣਾ ਡਰਾਈਵਰ ਲਾਪਰਵਾਹ ਹੋ ਗਿਆ ਉਹਨੂੰ ਡਿਸਮਿਸ ਕਰ ਦਿੰਦਾ ਉਹ ਕਹਿੰਦੀ ਕਿਉਂ ਕਹਿੰਦੀ ਲਾਪਰਵਾਹੀ ਨਾਲ ਗੱਡੀ ਚਲਾਉਂਦਾ ਮੈਂ 4 ਵਾਰੀ ਬਚਿਆ ਕਹਿੰਦੀ ਕੋਈ ਨਹੀਂ ਇੱਕ ਮੌਕਾ ਹੋਰ ਦੇ ਦਿਓ ਪ੍ਰੋਫੈਸਰ ਸਾਹਿਬ ਪ੍ਰਧਾਨ ਜੀ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ਼ ਲੱਖ ਲੱਖ ਗੇੜਾ ਆਖਿਆ ਇੱਕ ਨਾਮ ਇਹ ਤਰ੍ਹਾਂ ਪਤੌੜੀਆ ਚੜ੍ਹਿਆ ਹੋਇਆ ਕੀ ਸੁਣ ਗੱਲਾਂ ਕਾਸ ਕੀ ਨਾਮ ਵਾਹ ਜੀ ਵਾਹ ਬਲਵੀਰ ਜੀ ਹਾਂਜੀ ਜੋ ਆਦਮੀ ਦੂਜੇ ਦੀ ਭਲਾਈ ਚਾਹੁੰਦਾ ਹੈ ਉਸਨੇ ਆਪਣਾ ਭਲਾ ਪਹਿਲਾਂ ਹੀ ਕਰ ਲਿਆ ਹੁੰਦਾ ਹੈ ਵਾਹ ਜੀ ਵਾਹ ਵਾਹ ਜੀ ਵਾਹ ਟੋਨੀ ਜੀ ਨੇਕ ਲੋਕੋ ਕੀ ਸੰਗਤ ਸੇ ਹਮੇਸ਼ਾ ਭਲਾਈ ਹੀ ਮਿਲਤੀ ਹੈ ਕਿਉਂਕਿ ਹਵਾ ਜਬ ਫੂਲੋ ਸੇ ਗੁਜ਼ਰਤੀ ਹੈ ਤੋ ਵੋ ਵੀ ਖੁਸ਼ਬੂਦਾਰ ਹੋ ਜਾਂਦੀ ਹੈ ਵਾਹ ਜੀ ਵਾਹ ਹਾਂਜੀ ਰਾਮਗੜੀਆ ਜੀ ਚੰਗੇ ਲੋਕਾਂ ਵਿੱਚ ਵੀ ਇੱਕ ਬੁਰੀ ਆਦਤ ਹੁੰਦੀ ਹੈ ਉਹ ਹਰ ਕਿਸੇ ਇਨਸਾਨ ਨੂੰ ਚੰਗਾ ਸਮਝ ਲੈਂਦੇ ਹਨ ਵਾਹ ਜੀ ਵਾਹ ਨਿਸ਼ਾਨ ਜੀ ਇੱਕ ਚੰਗਾ ਸਰੋਤਾ ਹੀ ਇੱਕ ਚੰਗਾ ਵਕਤਾ ਬਣ ਸਕਦਾ ਹੈ ਬਿਲਕੁਲ ਸਹੀ ਚੀਫ ਸਾਹਿਬ ਸੇਠੀ ਸਾਹਿਬ ਕੌਣ ਕਹਿੰਦਾ ਹੈ ਅਸੀਂ ਆਜ਼ਾਦ ਹਾਂ ਜਦੋਂ ਕੋਈ ਸਾਨੂੰ ਬੋਲਣ ਦਾ ਖਾਣ ਦਾ ਪੀਣ ਦਾ ਕੋਈ ਹੱਕ ਨਹੀਂ ਹੈ ਵਾਹ ਜੀ ਵਾਹ MLA ਸਾਹਿਬ ਇੱਕ ਦੋ ਲਾਈਨਾਂ ਬੜੀਆਂ ਪਸੰਦ ਆਈਆਂ ਮੈਨੂੰ ਕੱਲ੍ਹ ਇੱਕ ਕਿਤਾਬ ਪੜ੍ਹੀ ਸੀ ਉਹ ਕਹਿੰਦਾ ਵੀ ਜਿਹੜੇ ਆਪਣੇ ਰਿਲੇਸ਼ਨਸ਼ਿਪਸ ਹੈ ਜਿਹੜੇ ਸਾਡੇ ਰਿਸ਼ਤੇ ਹੈ ਇਹ ਬੀਜ ਹੈ ਜ਼ਿੰਦਗੀ ਦੇ ਵਿੱਚ ਬੀਜ ਜਿਹੜੇ ਵੱਡੇ ਹੋ ਕੇ ਛਾਂ ਦਿੰਦੇ ਆ ਪਰ ਜਿਹੜੀਆਂ ਸਾਡੀਆਂ ਐਕਸਪੈਕਟੇਸ਼ਨਸ ਆ ਜਿਵੇਂ ਉਹਨਾਂ ਨੇ ਗੱਲ ਕਹੀ ਆ ਮਤਲਬ ਆ ਜਿਹੜੇ ਜਾਂ ਸਾਡੀਆਂ ਆਸਾਂ ਉਹਦੇ ਵਿੱਚ ਵੀਡਸ ਹੁੰਦੀਆਂ ਵੀਡਸ ਐਕਸਪੈਕਟੇਸ਼ਨਸ ਆਰ ਵੀਡਸ ਇਨ ਆਵਰ ਲਾਈਫ ਉਹ ਫਿਰ ਉਹ ਜਿਹੜੇ ਆ ਘਾਹ ਨਦੀਨ ਉਹ ਨਦੀਨ ਸੋ ਰਿਸ਼ਤਿਆਂ 'ਚ ਉਹ ਘੱਟ ਤੋਂ ਘੱਟ ਐਕਸਪੈਕਟ ਕਰਨਾ ਚਾਹੀਦਾ ਰਿਸ਼ਤੇ ਸਿਰਫ ਰਿਸ਼ਤੇ ਦੇਣ ਵਾਸਤੇ ਬਣਾਉਣੇ ਚਾਹੀਦੇ ਆ ਲੈਣ ਵਾਸਤੇ ਵਾਹ ਜੀ ਹਾਂਜੀ ਮਾਸਟਰ ਸਾਬਕਾ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਦਾ ਕਥਨ ਹੈ ਤਿਆਰੀ ਕਰਨ 'ਚ ਫੇਲ ਹੋਣ ਦਾ ਮਤਲਬ ਹੈ ਫੇਲ ਹੋਣ ਲਈ ਤਿਆਰੀ ਕਰਨੀ ਵਾਹ ਜੀ ਵਾਹ ਹਾਂਜੀ ਬਾਂਸਲ ਸਾਹਿਬ ਅੰਕੜਾ ਮਨੁੱਖ ਨੂੰ ਉਦੋਂ ਹੀ ਦਿਸਦੀਆਂ ਹਨ ਜਦੋਂ ਉਸਦੀ ਨਜ਼ਰ ਨਿਸ਼ਾਨੇ ਤੋਂ ਉੱਖੜ ਜਾਂਦੀ ਹੈ ਇਰਾਦਾ ਪੱਕਾ ਹੋਵੇ ਤਾਂ ਉਸ ਨੂੰ ਆਪਣਾ ਨਿਸ਼ਾਨਾ ਹੀ ਦਿਸਦਾ ਹੈ ਵਾਹ ਜੀ ਵਾਹ ਹਾਂਜੀ ਮੱਤਾ ਸਾਹਿਬ ਕੁਦਰਤ ਦਾ ਇੱਕ ਨਿਯਮ ਹੈ
कि जो चीज़ तुसी वंडोगे वो थोड़े वा कोल ज़्यादा मात्रा में आवे चा आएगी भावें वह धन होवे समान होवे सन्मान होवे अपमान होवे या नफरत होवे। वाह जी वाह तिंगड़ा जी। कबीर ने कहा है कि तुम धोखा खा लेना मगर किसी को धोखा मत देना। धोखा खाने वाला कुछ नहीं खोता, धोखा देने वाला अपना सब कुछ खोता है। वाह जी वाह मेहता जी प्यासा जी। कदे किसी तो कोई भी उम्मीद ना रखो, कदे किसी तो कोई भी उम्मीद ना रखो, पूरी जड़ी होना सके और रीझ ना रखो। हाय 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 वाह जी वाह। हाँ जी मास्टर जी तिंगड़ा जी सुपरटेंडेंट साहब। दोस्त तरक्की करे तो गर्व से कहो कि वो मेरा दोस्त है, और दोस्त मुश्किल में हो तो गर्व से कहो कि मैं उसका दोस्त हूँ। वाह जी वाह बागी जी। जेकर अज तुसी अपने बुजुर्गों का सत्कार नहीं करते तो कल नू अपने बच्चों को भी सेवा की उम्मीद ना रखो। ना रखो 100% सही। सचदेवा जी चावला जी छिंदा जी। हाँ बेटे बोलो कुछ। लो जी जिन्ना जिन्ना वीरा ने आज दी साहित्यक महफल च हिस्सा लिया उन्हां सारिआं दा धन्नवाद, ते विशेष तौर पर धन्नवाद सेवा मुक्त मुख अध्यापक कौशल प्रकाश बांसल जी दा। मैं गुरिंदर सिंह कोटकपूरा।